ਸੈਮੀ ਫਾਈਨਲ ਮੈਚ ਮੇਰੀ ਬੇਨਤੀ ਹੈ ਮਿੱਤਰ ਸਾਹਿਬ ਜੀ ਹਾਂਜੀ ਮੈਂ ਜਿਹੜਾ ਸ਼ੁਰੂ ਹੋ ਚੁੱਕਿਆ ਪਹਿਲੀ ਰੇਡ ਕਰਨੀ ਮੇਰੀ ਜੀ ਟੀਮ ਸੜਕ ਵਾਲੇ ਪਾਸੇ ਤੇ ਦੂਸਰੇ ਪਾਸੇ ਟੀਮ ਹੈ ਸੰਤ ਬਾਬਾ ਫਤਿਹ ਸਿੰਘ ਜੀ ਖਾਲਸਾ ਅਕੈਡਮੀ 38 ਰਹਿਣ ਦੀ ਟੀਮ ਹੈ ਗੁਰਦੁਆਰੇ ਵਾਲੇ ਸਾਹਿਬ ਪਾਸੇ ਮੈਂ ਮੈਡਮ ਲਾਡੀ ਜੀ ਨੂੰ ਬੇਨਤੀ ਕਰੂੰਗਾ ਦੋਨੋਂ ਟੀਮਾਂ ਲੜਕੀਆਂ ਵਾਲੀਆਂ ਵਾਰਮ ਅਪ ਹੋ ਜਾਣ ਜਲਦੀ ਮੈਂ ਬੜਾ ਤਕੜਾ ਮੈਚ ਹੈ ਜਿਹੜਾ ਸੰਨੀ ਖੇਡਿਆ ਜਾ ਰਿਹਾ ਅਗਲੀ ਰੇਡ ਮੁੰਡਾ ਕਹਿੰਦੇ ਸਤਨਾਮ ਕਿ ਗੁੰਦਿਆ ਸਰੀਰ ਹੈ ਕਿ ਨਸ਼ਿਆਂ ਤੋਂ ਦੂਰ ਵੀ ਦੁੱਧ ਮੱਖਣਾ ਦਾ ਰਹਿੰਦਾ ਕਹਿੰਦੇ ਨੈਣਾ ਚ ਸਰੂਰ ਵੀ ਮਲ ਮਾਰਦੇ ਆ ਸਦਾ ਸੀ ਪੱਟੀ ਦੋ ਸ਼ੌਕ ਮਿੱਤਰਾਂ ਦੇ ਪਾਉਣਾ ਭੰਗੜਾ ਤੇ ਖੇਡਣੀ ਕਬੱਡੀ ਦੋ ਸ਼ੌਕ ਮਿੱਤਰਾਂ ਦੇ ਪਾਉਣਾ ਭੰਗੜਾ ਤੇ ਖੇਡਣੀ ਕਬੱਡੀ ਇਹਨੂੰ ਦੁਨੀਆ ਸਤਨਾਮ ਵੀ ਕਹਿੰਦੀ ਹੈ ਤੇ ਸੱਤਾ ਵੀ ਕਹਿੰਦੀ ਹੈ ਇਹ ਆ ਸਤਨਾਮ ਸਿੰਘ ਸੱਤਾ ਜਿਹੜਾ ਕਬੱਡੀ ਭਾ ਰਿਹਾ ਖੇਡ ਗਰਾਊਂਡ ਦੇ ਅੰਦਰ ਉਧਰ ਵੇਖੋ ਸਾਹਮਣੇ ਚਾਰ ਜਾਫੀ ਪੂਰੀ ਤਿਆਰੀ ਦੇ ਵਿੱਚ ਹੈ ਦੂਜਾ ਸੈਮੀ ਫਾਈਨਲ ਮੈਚ ਹੈ ਤੇ ਪਟਾਕੇ ਪੈਣਗੇ ਵਾਕੇ ਮੇਰੇ ਵੀਰੋ ਪਟਾਕੇ ਪੈਣਗੇ ਇਧਰ ਸੱਤਾ ਇਹ ਆ ਸਤਨਾਮ ਮੈਂ ਕਹਿੰਦੇ ਤਕੜਾ ਪੈਣ ਜੋੜ ਦਿੱਤਾ ਆਪਣੀ ਟੀਮ ਦੇ ਲਈ ਪੰਨਾ ਜੀ ਜੇ ਪਾਲੀ ਫਿੱਟ ਹੁੰਦਾ ਤੇ ਗੱਲਾਂ ਜੱਸਾ ਜੀ ਹੋਰ ਹੀ ਹੋਣੀਆਂ ਸੀ ਜੇ ਪਾਲੀ ਦੇ ਸੱਟ ਨਾ ਬੱਚੀ ਹੋਈ ਭਲਵਾਨ ਗੱਲਾਂ ਚ ਹੋਰ ਹੋਣੀਆਂ ਸੀ ਫਿਰ ਮੋਟਰਸਾਈਕਲ ਵੀ ਚੱਕਰਾਂ ਚ ਪੈ ਜਾਣੇ ਸੀ ਉਹ ਸਾਹਮਣੇ ਕਹਿੰਦੇ ਮੁੰਡਾ ਇਹ ਆ ਕਹਿੰਦੇ ਸੱਤੂ ਸੱਤੂ ਦੀ ਰੇਡ ਉਹ ਕਬੱਡੀ ਭਾਰੀ ਆ ਢੈਪੀ ਵਾਲਿਆ ਅੱਜ ਕਿਸੇ ਨੇ ਜੱਫੇ ਨੀ ਲਾਏ ਸੱਤ ਜੱਫੇ ਮੁੰਡੇ ਹੈਪੀ ਨੇ ਲਾਏ ਆ ਸੱਤ ਜੱਫੇ ਕਹਿੰਦੇ ਹੈਪੀ ਨੇ ਲਾਏ ਆ ਉਹ ਰੇਡ ਪੈਰੀ ਆ ਤੇ ਪੈਂਟ ਕਹਿੰਦੇ ਰੇਡਰ ਦਾ ਅਗਲੀ ਰੇਡ ਸਾਹਮਣੇ ਕਹਿੰਦੇ ਖੇਡ ਗਰਾਊਂਡ ਦੇ ਅੰਦਰ ਪੈਣੀ ਹੈ ਸਤਨਾਮ ਸਿੰਘ ਸੱਤੇ ਦੀ ਰੇਡ ਹੈ ਇਧਰ ਵੇਖੋ ਸਾਹਮਣੇ ਸੱਤੇ ਦੀ ਰੇਡ ਤੇ ਚਾਰ ਜਾਫੀ ਤਿਆਰ ਹੈ ਕਿ ਸੂਰਮਾ ਕਦੇ ਨੀ ਸਹਿ ਸਕਦਾ ਦਰਦ ਤੋਂ ਮਿਲੀਆਂ ਹਾਰਾਂ ਨੂੰ ਜਿਵੇਂ ਯੌਰੀ ਪਰਖੇ ਸੋਨੇ ਨੂੰ ਉਵੇਂ ਸਮਾਂ ਪਰਖਦਾ ਯਾਰਾਂ ਨੂੰ ਜਿਵੇਂ ਯੌਰੀ ਪਰਖੇ ਸੋਨੇ ਨੂੰ ਉਵੇਂ ਸਮਾਂ ਪਰਖਦਾ ਯਾਰਾਂ ਨੂੰ ਅਗਲੀ ਰੇਡ ਵੇਖੋ ਸਾਹਮਣੇ ਐਨ ਕਹਿੰਦੇ ਪੈਣ ਜਾ ਰਹੀ ਹੈ ਭਲਵਾਨ ਦੀ ਕਬੱਡੀ ਹੈ ਇਹ ਕਹਿੰਦੇ ਸ਼ਿਤਾ ਕਿ ਰੇਡਰਾਂ ਚੋਂ ਰੇਡਰ ਹੈ ਬਿਹਾਰੀ ਪੁਰ ਦਾ ਕਿੰਦਾ ਜੀ ਸੋਹਣੀ ਰੇਡ ਪਾਉਂਦਾ ਕਹਿੰਦੇ ਕਰਨੀ ਸਰਦਾ ਹਿੰਦਾ ਜੀ ਸੋਹਣੀ ਰੇਡ ਪਾਉਂਦਾ ਕਹਿੰਦੇ ਕਰਨੀ ਸਰਦਾ ਹਿੰਦਾ ਜੀ ਆ ਮੁਰਤਾ ਜਾਣ ਕੇ ਪਿੰਡਾਂ ਤੇ ਪੀੜਿਆ ਤੇ ਸੁਨੀਲ ਨਾਮ ਤੇ ਆ ਜਾ ਉੱਥੇ ਇਹ ਆ ਅਜਾਲਗੀ ਵਾਲਾ ਕਹਿੰਦੇ ਸੁਨੀਲ ਕਬੱਡੀ ਪਾ ਰਿਹਾ ਸੁਨੀਲ ਦੀ ਕਹਿੰਦੇ ਰੇਡ ਹੈ ਮੁੰਡੇ ਨੇ 2 ਨੰਬਰ ਤੋਂ ਟੱਚ ਤੇ ਆ ਕੈਂਚੀ ਮਾਰ ਦਿੱਤੀ ਹੈ ਆ ਕਹਿੰਦੇ ਮਾਨਾ ਵਾਲਾ ਮੁੰਡਾ ਕਹਿੰਦੇ ਸੋਨੀਆ ਐਨ ਬੱਲੇ ਬੱਲੇ ਕਰਾ ਦਿੱਤੀਆਂ ਜੱਸਾ ਜੀ ਇਹ ਮੁੰਡਾ ਕਹਿੰਦੇ ਪਰਦਾ ਦਾ ਫਿੱਟ ਹੁੰਦਾ ਗੱਲਾਂ ਹੋਰ ਹੋਣੀਆਂ ਸੀ ਕਿ ਪੱਟ ਦੇ ਖਣਾ ਜੱਟ ਨਾ ਛੇੜੀਏ ਹੱਟੀ ਤੇ ਕਰਿਆਣ ਤੇ ਬਾਹਮਣਾਂ ਦੇ ਪੁੱਤ ਨੂੰ ਨਾ ਛੇੜੀਏ ਜਦ ਉਤਰੇ ਹੋਰ ਸਰਾਧ ਬਾਹਮਣਾਂ ਦੇ ਪੁੱਤ ਨੂੰ ਨਾ ਛੇੜੀਏ ਤੇ ਜਦ ਉਤਰੇ ਹੋਰ ਸਰਾਧ ਅਗਲੀ ਰੇਡ ਤੇ ਉਧਰ ਵੇਖੋ ਸਾਹਮਣੇ ਤੇ ਪੁਆਇੰਟ ਰੇਡਰ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਅਗਲੀ ਰੇਡ ਸੱਤੇ ਦੀ ਪੈਣ ਆ ਰਹੀ ਹੈ ਜਦ ਲੋਹਾ ਕੱਟਦਾ ਲੋਹੇ ਨੂੰ ਤੇ ਭਾਂਬੜ ਮੱਚੇ ਅੰਗਿਆਰਿਆਂ ਦਾ ਸਾਰੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨੀ ਜੱਗਿਆ ਫੋਕੇ ਲੜਕਾਰਿਆਂ ਦਾ ਮੁੱਲ ਪੈਂਦਾ ਨੀ ਫੋਕੇ ਲੜਕਾਰਿਆਂ ਦਾ ਲੈ ਰੇਡ ਪੈ ਰਹੀ ਆ ਲੈ ਮੁੰਡਿਆ ਖਿੱਚ ਤਿਆਰੀ ਆਏ ਹਾਏ ਪੁਆਇੰਟ ਜਾਫੀਆਂ ਦਾ ਪੁਆਇੰਟ ਕਹਿੰਦੇ ਜਾਫੀਆਂ ਦਾ ਮੇਰੀ ਬੇਨਤੀ ਆ ਰੈਫਰੀ ਦਾ ਫੈਸਲਾ ਜਿਹੜਾ ਲਾਸਟ ਰੈਫਰੀ ਦੇ ਨਾਲ ਕਿੰਤੂ ਪ੍ਰੰਤੂ ਨੀ ਹਾਂ ਹਾਂਜੀ ਸਕੋਰ ਹਾਂਜੀ ਰੈਫਰੀ ਸਾਹਿਬ ਅੰਪਾਇਰ ਸਾਹਿਬ ਜੀ ਸਕੋਰ ਦਿਓ ਕਿੱਧਰ ਦਿੱਤਾ ਜਾਫੀਆਂ ਦਾ ਪੁਆਇੰਟ ਸੰਦੀਪ ਜੀ
ਪੁਆਇੰਟ ਜਾਫੀਆਂ ਦਾ ਅਗਲੀ ਰੇਡ ਹਿੰਦੇ ਦੀ ਇਹ ਹਿੰਦਾ ਹੈ ਜਿੱਥੇ ਪੈਰ ਧਰਦਾ ਤੇ ਧਰਤੀ ਧੱਕ ਧੱਕ ਕਰਦੀ ਹੈ ਡਾਕਟਰ ਤੇ ਹਿੰਦਾ ਉਹ ਬੱਲੇ 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 ਡਾਕਟਰ ਤੇ ਹਿੰਦਾ ਇਹ ਬੜੇ ਬੱਲੇ ਬੱਲੇ ਮੁੰਡਾ ਕੁਲਦੀਪ ਆ ਮੁੰਡਾ ਕਹਿੰਦੇ ਕੁਲਦੀਪ ਆ ਕਿਉਂਕਿ ਡਾਕਟਰ ਦੇ ਭੁਲੇਖੇ ਤਾਂ ਪੈਂਦੇ ਆ ਡਾਕਟਰ ਨੇ ਕਹਿੰਦੇ ਦੁਨੀਆ ਮਨਾਈ ਅੱਜ ਡਾਕਟਰ ਦੇ ਭੁਲੇਖੇ ਤਾਂ ਪੈਂਦੇ ਡਾਕਟਰ ਅੱਜ ਦੁਨੀਆ ਫੈਨ ਕੀਤੀ ਆ ਕਹਿੰਦੇ ਡਾਕਟਰ ਨੇ ਵੀ ਦੁਨੀਆ ਫੈਨ ਕੀਤੀ ਆ ਲਓ ਰੇਡ ਆਵੀ ਕਹਿੰਦੇ ਮੋਟਰਸਾਈਕਲ ਤੇ ਅੱਖ ਰੱਖੀ ਬੈਠਾ ਪੰਮਾ ਜੀ ਇਹਦੀ ਮੋਟਰਸਾਈਕਲ ਤੇ ਅੱਖ ਰੱਖੀ ਬੈਠਾ ਆ ਹਾਂ ਇਹ ਸੱਤ ਹੈ ਇਹਨੂੰ ਸਤਨਾਮ ਵੀ ਕਹਿੰਦੇ ਹੈ ਵਾਟਰ ਬ੍ਰੇਕ ਦਾ ਇਸ਼ਾਰਾ ਹੋਇਆ ਸਰੇਰੇ ਮੈਚ ਖੇਡੇ ਜਾ ਰਹੇ ਆ ਦੋਨਾਂ ਟੀਮਾਂ ਦੇ ਨਾਲ ਸਰੇਰੀ ਟੱਕਰ ਹੈ ਸਰੇਰੇ ਮੈਚ ਹੈ ਦੂਜਾ ਸੈਮੀ ਫਾਈਨਲ ਮੈਚ ਹੈ ਦੂਜਾ ਸੈਮੀ ਫਾਈਨਲ ਮੈਚ ਹੈ ਕਿ ਯਾਰੀ ਵਿੱਚ ਨਫਾ ਨੁਕਸਾਨ ਨਹੀਂ ਉਹ ਵੇਖੀਦਾ ਮੰਜ਼ਲਾਂ ਦੇ ਸਾਹਮਣੇ ਤੂਫਾਨ ਨਹੀਂ ਉਹ ਵੇਖੀਦਾ ਮੰਜ਼ਲਾਂ ਦੇ ਸਾਹਮਣੇ ਤੂਫਾਨ ਨਹੀਂ ਉਹ ਵੇਖੀਦਾ ਸਰੇਰੇ ਮੈਚ ਖੇਡੇ ਜਾ ਰਹੇ ਹੈ ਖੇਡ ਗਰਾਊਂਡਾਂ ਦੇ ਵਿੱਚ ਲੜਕੀਆਂ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਕੋਸੇਬਾਨਾਂ ਨੂੰ ਲਾਡੀ ਮੈਮ ਦੋਨੇ ਟੀਮਾਂ ਨੂੰ ਤਿਆਰ ਕਰ ਲੈਣਗੇ ਅਗਲਾ ਮੈਚ ਲੜਕੀਆਂ ਦਾ ਜਿਹੜਾ ਸ਼ੋ ਮੈਚ ਖੇਡਿਆ ਜਾਵੇਗਾ ਮੇਰੀ ਬੇਨਤੀ ਹੈ ਦੋਨੇ ਟੀਮਾਂ ਜਿਹੜੀਆਂ ਤਿਆਰ ਹੋ ਜਾਣਗੀਆਂ ਬਿੰਦੀ ਨੇ ਦੱਸਿਆ ਵੀ ਜੋ ਰੱਤੇ ਵਾਲੇ ਤੇ ਕੱਪ ਹੋਣਾ ਉੱਥੇ ਸਮਾਜ ਦਾ ਵੀ ਵਿਸ਼ੇਸ਼ ਸਨਮਾਨ ਹੋਣਾ ਇਹ ਵੀ ਬਿੰਦੀ ਰੱਤੇਵਾਲ ਆਈਫੋਨ ਦੇ ਨਾਲ ਬੜੀ ਵੱਡੀ ਗੱਲ ਹੈ ਆਈਫੋਨ ਦੇ ਨਾਲ ਮਾਨ ਸਨਮਾਨ ਹੋਣਾ ਸਮਾਜ ਦਾ ਜੋ ਖੇਡ ਰਿਹਾ ਇਸੇ ਹੀ ਟੂਰਨਾਮੈਂਟ ਚ ਬਹੁਤ ਵਧੀਆ ਖਿਡਾਰੀ ਸੀ ਤੇ ਬਿੰਦੀ ਰੱਤੇਵਾਲ ਚਲੋ ਜੀ ਅਗਲੀ ਰੇਡ ਪੈਣ ਜਾ ਰਹੀ ਹੈ ਸਾਹਮਣੇ ਕਹਿੰਦੇ ਖੇਡ ਗਰਾਊਂਡ ਦੇ ਅੰਦਰ ਸਮਾਂ ਬੀਤਿਆ ਤੇ ਪੁਆਇੰਟ ਜਾਫੀਆਂ ਦੇ ਲਈ ਜੁੜ ਗਿਆ ਹੈ ਅਗਲੀ ਰੇਡ ਸਾਹਮਣੇ ਕਹਿੰਦੇ ਖੇਡ ਗਰਾਊਂਡ ਦੇ ਅੰਦਰ ਉਧਰ ਚਾਰ ਜਾਫੀ ਪੂਰੀ ਤਿਆਰੀ ਦੇ ਵਿੱਚ ਹੈ ਚਾਰਾਂ ਦੇ ਵਿੱਚੋਂ ਕਿਹੜਾ ਬੱਲੇ ਬੱਲੇ ਕਰਵਾਵੇਗਾ ਖੇਡ ਗਰਾਊਂਡ ਦੇ ਅੰਦਰ ਉਧਰ ਵੇਖੋ ਸਾਹਮਣੇ ਇੱਕ ਪਾਸੇ ਜੱਫਾ ਲੱਗ ਗਿਆ ਖੇਡ ਗਰਾਊਂਡ ਦੇ ਅੰਦਰ ਬੱਲੇ 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 ਤੇ ਪੁਆਇੰਟ ਜਾਫੀਆਂ ਦੇ ਲਈ ਜੁੜ ਗਿਆ ਅਗਲੀ ਰੇਡ ਹਿੰਦੇ ਦੀ ਪੈਣ ਜਾ ਰਹੀ ਹੈ ਹਿੰਦੇ ਦੀ ਕਬੱਡੀ ਕਹਿੰਦੇ ਅਗਲੀ ਰੇਡ ਲੈ ਕੁਲਦੀਪ ਨੌਜਵਾਨਾਂ ਗਰਾਊਂਡ ਚ ਆ ਜਾ ਚੱਲ ਕੇ ਗਰਾਊਂਡ ਚ ਟੈਪਰ ਹੋ ਜਾ ਮੇਰੇ ਕੋਲੇ ਆਹ ਸਾਹਮਣੇ ਕਹਿੰਦੇ ਹਿੰਦਾ ਹਿੰਦਾ ਕਬੱਡੀ ਪਾਰਾਂ ਦੇ ਇੱਕ ਪਿੰਡੀ ਧਰਤੀ ਧੱਕ 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 ਕਰਦੀ ਆ ਜਿੱਥੇ ਮੁੰਡਾ ਪੱਬ ਰੱਖਦਾ ਉੱਥੇ ਉੱਗਦਾ ਸਰੋਂ ਦਾ ਬੂਟਾ ਲੈ ਪੁਆਇੰਟ ਕਹਿੰਦੇ ਹਿੰਦੇ ਦਾ ਜਿਵੇਂ ਫਾਉਲ ਨਹੀਂ ਖੇਡਣਾ ਫਾਉਲ ਨਹੀਂ ਖੇਡਣਾ ਲੈ ਪੁਆਇੰਟ ਕਹਿੰਦੇ ਰੇਡਰ ਦਾ ਅੰਕ ਧਾਮੀ ਦਾ ਅਗਲੀ ਰੋਡ ਸਤਨਾਮ ਸਿੰਘ ਸੱਤਾ ਕਹਿੰਦੇ ਕਬੱਡੀ ਭਾ ਰਿਹਾ ਉਧਰ ਕਹਿੰਦੇ ਜਾਫੀ ਚਾਰ ਹੈ ਤੇ ਚਾਰੀ ਤਿਆਰੀ ਦੇ ਵਿੱਚ ਹੈ ਚਾਰਾਂ ਦੇ ਵਿੱਚੋਂ ਕਹਿੰਦੇ ਇੱਕ ਨੇ ਟਰਾਈ ਕੀਤੀ ਹੈ ਤੇ ਆ ਗਿਆ ਕਹਿੰਦੇ ਸੋਨਾ ਹੱਸਦਾ ਵੱਸਦਾ ਇਹ ਹੈ ਕਹਿੰਦੇ ਨੌਜਵਾਨ ਸੱਤਾਂ ਲੱਖਾਂ ਦੇ ਪੈਣ ਦਾ ਵਾਧਾ ਕਰ ਗਿਆ ਅਗਲੀ ਰੋਡ ਸਾਹਮਣੇ ਕਹਿੰਦੇ ਪੈਣ ਆ ਰਹੀ ਹੈ ਅਠਾਰਾਂ ਇੱਥ ਦੀ ਧਰਤੀ ਹੈ ਮਹਾਂਪੁਰਸ਼ਾਂ ਦੀ ਬੜੀ ਪਾਵਨ ਦੇ ਪੁੱਤਰ ਧਰਤੀ ਹੈ ਅਗਲੀ ਰੇਡ ਸਾਹਮਣੇ ਪੈਣ ਆ ਰਹੀ ਹੈ ਇੱਕ ਪਾਸੇ ਵੇਖੋ ਸਾਹਮਣੇ ਬੱਲੇ 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 ਸਵਾਦ ਕਬੱਡੀ ਦਾ ਤਾੜੀਆਂ ਵੱਜਣਗੀਆਂ ਤਾੜੀਆਂ ਵੱਜਣਗੀਆਂ ਹਾਂਜੀ 100 ਰੁਪਇਆ ਉਹਦੇ ਵਾਸਤੇ ਸੱਤੇ ਵਾਸਤੇ ਸਤਨਾਮ ਵਾਸਤੇ ਗਗਨਪ੍ਰੀਤ ਹਬੋਰ ਵੱਲੋਂ ਇਹ ਸਤਨਾਮ ਹੈ ਸੱਤਾ ਲਹਾਰੇ ਵਾਲਾ ਜਿਹੜੇ ਨੇ ਬੱਲੇ ਬੱਲੇ ਕਰਵਾਈ ਸੀ ਅਗਲੀ ਰੇਡ ਸਾਹਮਣੇ ਕਹਿੰਦੇ ਆ ਗਿਆ ਨਾ ਸਾਰੇ ਪਲੀਜ਼ ਸਾਰੇ ਬਾਬਾ ਜੀ ਗੱਲ ਰਿਹਾ ਮੈਂ ਇੱਕ ਬੰਦਰ
इधर देखो सामने बड़ी खुशी है, जानकारी है बाबा जी वालों जोड़ा अगला टूरनामेंट होना है ओदे विच फर्स्ट प्राइज 51,000 रुपया ताड़ी जरूर मारे जो भाई, सेकंड प्राइज 41,000 रुपया ते दो बुलेट मोटरसाइकिल भाई बहुत ही बढ़िया। बोलो सत श्री अकाल। 51,000 रुपया फर्स्ट प्राइज लच्छर परिवार वालों, जिन्हां दे जसी लच्छर जी बैठे हुए हैं उन्हां दा पूरा परिवार है जो उन्हां दे नाम है बोलदा है, त्रिलोचन लच्छर जी, मन्ना लच्छर जी, कलवंत लच्छर जी, जसी लच्छर जी वालों जो छेरे पंजाब अकैडमी डीएवी जलंधर पहली अकैडमी बनी सी उन्हां वालों 51,000 रुपया फर्स्ट प्राइज 41,000 रुपया सैकेंड ते दो बुलेट मोटरसाइकिल दिते जाने, बड़ी वड्डी गल है। बहुत ही ताड़ियां जरूर मारो लच्छर परिवार दे नाते भाई। ਉਧਰੋਂ ਵੱਡਾ ਧੰਨਵਾਦ ਹੈ ਸਾਡੇ ਵੀਰਾਂ ਦਾ ਜਿਨ੍ਹਾਂ ਨੇ ਵਲਿਓ ਅਗਲੇ ਸਾਲ ਹਿੰਦੀ ਵਾਸਤੇ 100 ਰੁਪਿਆ ਸਰਦਾਰ ਗੁਰਬਚਨ ਸਿੰਘ ਜੀ ਕੰਗ ਸਾਹਿਬ ਵੱਲੋਂ ਬਈ। ਅਗਲੀ ਰੋਡ ਕਹਿੰਦੇ ਸਤਨਾਮ ਸੱਤੇ ਦੀ ਬੈਣ ਆ ਰਹੀ ਹੈ, ਇਧਰ ਦੇਖੋ ਸਾਹਮਣੇ ਇਹ ਆ ਸੱਤਾ ਕਹਿੰਦੇ ਕਬੱਡੀ ਪਾ ਰਿਹਾ ਹੈ, ਇੱਕ ਪਾਸੇ ਬੱਲੇ 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 ਬੱਲੇ, ਜੱਫਾ ਕਹਿੰਦੇ ਖੇਡ ਗਰਾਉਂਡ ਦੇ ਵਿੱਚ ਲੱਗ ਗਿਆ। ਇਹ ਆ ਸੋਨੀ, ਇਹ ਆ ਸੋਨੀ ਮਾਨਾ ਨਾਮ ਹੁੰਦਾ ਹੈ ਜਿਹੜੇ ਨੇ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਹੈ, ਪੁਆਇੰਟ ਸੋਨੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਮੈਂ 100 ਰੁਪਿਆ ਸੋਨੇ ਨੂੰ ਬਾਬਾ ਜੀ ਸੰਤ ਬਾਬਾ ਗੁਰਪਾਲ ਸਿੰਘ ਜੀ ਵੱਲੋਂ, 200 ਰੁਪਿਆ ਸੋਨੇ ਨੂੰ ਮੇਜਰ ਸਿੰਘ ਜੀ ਸਾਜੜੀ ਕੈਨੇਡਾ ਨਿਵਾਸੀ ਵੈਨਕੂਵਰ ਵੱਲੋਂ, ਸਰੇਰੇ ਮੈਚ ਖੇਡੇ ਜਾ ਰਹੇ ਆ ਦੋਨਾਂ ਟੀਮਾਂ ਦੇ ਦਰਮਿਆਨ। ਜੇ ਸੱਤਾ ਸੁਲਤਾਨ ਸਤਨਾਮ ਮਲਕਾਣੇ ਵਾਲਾ ਆਦਿ ਦੀ ਉਹਦੀ ਟੀਮ ਜਿੱਤਦੀ ਹੈ ਤੇ ਸਰਾਵਾਂ ਭਰਾਵਾਂ ਨੇ 5100 ਰੁਪਇਆ ਉਹਨੂੰ ਕੈਸ਼ ਪ੍ਰਾਈਜ਼ ਦਿੱਤਾ ਜਾਣਾ ਹੈ। ਸੱਤਾ ਜੇ ਆਪਦੀ ਟੀਮ ਨੂੰ ਜਿਤਾਉਂਦਾ ਹੈ 5100 ਰੁਪਇਆ ਸਰਾਮ ਬ੍ਰਦਰਸ ਬੈਠੇ ਇੱਥੇ ਓਲਾ ਵੱਲੋਂ ਦਿੱਤਾ ਜਾਣਾ ਹੈ ਜੇ ਸੱਤੇ ਦੀ ਟੀਮ ਜਿੱਤਦੀ ਹੈ ਤਾਂ। ਅੱਧੇ ਸਮੇਂ ਦਾ ਸਕੋਰ 8 ਅੰਕ ਹੈ ਬਾਬਾ ਫਤਿਹ ਸਿੰਘ ਜੀ ਖਾਲਸਾ ਅਕੈਡਮੀ 38F ਦੇ ਤੇ 12 ਅੰਕ ਹੈ ਮੀਰੀ ਪੀਰੀ ਕਲੱਬ ਕਰਨੀ ਸਰ ਦੇ, 4 ਅੰਕਾਂ ਦਾ ਫਾਸਲਾ ਸੱਤਿਆ ਤੇ 5100 ਰੁਪਇਆ ਵੀ ਮਿਲਣਾ ਤੇ ਫਸਟ ਪ੍ਰਾਈਜ਼ ਤੇ ਸੈਕੰਡ ਪ੍ਰਾਈਜ਼ ਚੋਂ ਵੀ ਇੱਕ ਦਾ ਹੱਕਦਾਰ ਹੋਣਾ ਹੈ। ਇਹ 5100 ਰੁਪਇਆ ਤੇਰੇ ਵਾਸਤੇ ਆਉਣਾ ਹੈ, 8 ਪੁਆਇੰਟ ਹੈ ਤੁਹਾਡੇ ਤੇ 12 ਪੁਆਇੰਟ ਹੈ ਮੀਰੀ ਪੀਰੀ ਕਲੱਬ ਦੇ। ਅੱਧਾ ਸਮਾਂ ਬਾਕੀ ਹੈ, ਜੇ ਤੁਹਾਡੀ ਟੀਮ ਜਿੱਤੀ ਹੈ 5100 ਰੁਪਇਆ ਸਰਾਮ ਭਰਾਵਾਂ ਵੱਲੋਂ ਤੁਹਾਨੂੰ ਦਿੱਤਾ ਜਾਣਾ ਹੈ। ਆਪ ਸਮਾਂ ਆਇਆ ਦੇ ਆਪ ਸਮੇਂ ਤੋਂ ਬਾਹਰ ਕਹਿੰਦੇ ਮੈਚ ਦੀ ਸ਼ੁਰੂਆਤ ਹੋਣੀ ਹੈ ਖੇਡ ਗਰਾਊਂਡ ਦੇ ਅੰਦਰ। ਅਗਲੀ ਰੇਡ ਸਾਹਮਣੇ ਕਹਿੰਦੇ ਸੱਤੇ ਨੇ ਪਾਉਣੀ ਹੈ ਖੇਡ ਗਰਾਊਂਡ ਦੇ ਅੰਦਰ, ਭਰੀ ਆ ਠੰਡੇ ਠਾਰ ਪਾਣੀ ਦੀ ਘੁੱਟ ਤੇ ਚੱਲਿਆ ਸ਼ੀਣੀ ਮਾਂ ਦਾ ਪੁੱਤ। ਇਹ ਆ ਕਹਿੰਦੇ ਨੌਜਵਾਨ ਸਤਨਾਮ ਸਿੰਘ ਸੱਤਾ ਕਹਿੰਦੇ ਅਗਲੀ ਰੇਡ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ। ਸਾਹਮਣੇ 4 ਜਫੀ ਹੈ, ਚਾਰਾਂ ਦੇ ਵਿੱਚੋਂ ਕਿਹੜਾ ਬਲੇ ਬਲੇ ਕਰਵਾਵੇਗਾ। ਸੋਨੀ ਮਾਨਾ ਦਾ ਮੁੰਡਾ ਵੀ ਪੂਰੀ ਤਿਆਰੀ ਦੇ ਵਿੱਚ ਹੈ। ਉਧਰ ਵੇਖੋ ਸਾਹਮਣੇ ਚਾਰਾਂ ਦੀ ਕਹਿੰਦੇ ਚੈਨ ਭੁਗਦੀ ਹੈ। ਇਹ ਆ ਸੋਨੀ 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 ਤੇ ਸੱਤਾ, ਸੱਤਾ ਤੇ ਸੋਨੀ, ਉਹ ਬੱਲੇ 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 ਤਾੜੀ। ਇਹ ਆ ਮਾਨਾ ਦਾ ਮੁੰਡਾ, ਇਧਰ ਹਲਕੀ ਸੱਟ ਮਹਿਸੂਸ ਕਰਦਾ ਨੌਜਵਾਨ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਜੇ ਰੱਖੇ। 100 ਰੁਪਿਆ ਬਾਬਾ ਜੀ ਵੱਲੋਂ ਸੰਤ ਬਾਬਾ ਗੁਰਪਾਲ ਸਿੰਘ ਜੀ ਵੱਲੋਂ ਸੋਨੀ ਵਾਸਤੇ ਬਈ। ਮੈਂ ਮੈਡਮ ਲਾਡੀ ਜੀ ਨੂੰ ਬੇਨਤੀ ਕਰਦਾ ਕਿ ਦੋਨੋਂ ਟੀਮਾਂ ਪੂਰੀਆਂ ਵਾਰਮ ਅਪ ਰਹਿਣ ਤੇ ਇਸ ਮੈਚ ਤੋਂ ਬਾਅਦ ਜਲਦੀ ਉਹ ਆ ਜਾਣ, ਫਿਰ ਫਾਈਨਲ ਮੈਚ ਵੀ ਹੋਣਾ ਹੈ ਉਹ ਪੂਰਾ ਟਾਈਮ ਦਿੱਤਾ।
ਟੁੱਟੀ ਵਾਲੇ ਵਿਖੇ 19 ਤੇ 20 ਤਰੀਕ ਨੂੰ ਜੋ ਮੁਕਾਬਲੇ ਹੋਣੇ ਹੈ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਣਗੇ। ਪਹਿਲਾਂ ਵਜਨੀ ਕਬੱਡੀ ਹੈ 68 ਕਿਲੋ ਤੇ ਭਾਰ ਓਪਨ ਪੰਚਾਇਤ ਬਾਰੇ ਇੱਕ ਖਿਲਾੜੀ ਬਾਹਰ ਦਾ ਰਾਜਸਥਾਨ ਦਾ ਹੋਣਾ ਹੈ। ਇਹ ਦੋਨੋਂ ਮੁਕਾਬਲੇ 19 ਤਰੀਕ ਨੂੰ ਸ਼ੁਰੂ ਹੋ ਜਾਣੇ ਹੈ 68 ਕਿਲੋ ਤੇ ਆਰ ਓਪਨ। ਸਿਰਫ ਸੈਮੀ ਫਾਈਨਲ ਤੇ ਫਾਈਨਲ ਮੁਕਾਬਲੇ 20 ਤਰੀਕ ਨੂੰ ਹੋਣੇ ਹੈ। ਸਾਰੀਆਂ ਟੀਮਾਂ ਨੋਟ ਕਰ ਲੈਣ, ਜ਼ਰੂਰ ਸਮੇਂ ਸਿਰ ਤੇ ਪੁੱਜਣ, 10 ਵਜੇ ਉੱਥੇ ਪਹੁੰਚ ਜਾਣ 19 ਤਰੀਕ ਨੂੰ। ਵੇਟ ਹੋਣਾ ਹੈ, ਉਸ ਤੋਂ ਬਾਅਦ ਕਿਸੇ ਵੀ ਟੀਮ ਨੂੰ 18 ਤਰੀਕ ਤੱਕ ਤੁਸੀਂ ਐਂਟਰੀ ਸ਼ਾਮ ਤੱਕ ਦੇ ਸਕਦੇ ਹੈ। ਰਾਜਸਥਾਨ ਦੇ ਖਿਲਾੜੀ ਹੋਣੇ ਚਾਹੀਦੇ ਹੈ। 68 ਕਿਲੋ ਜੋ ਵਜਨੀ ਕਬੱਡੀ ਪੰਚਾਇਤਵਾਰ ਟੂਰਨਾਮੈਂਟ ਹੈ, 6100 ਤੇ 4100 ਰੁਪਇਆ ਉਹਦਾ ਇਨਾਮ ਹੈ। ਆਲ ਓਪਨ ਜੋ ਮੁਕਾਬਲੇ ਹੈ ਇੱਕ ਖਿਲਾੜੀ ਬਾਹਰ ਦਾ ਪੰਚਾਇਤਵਾਰ, ਇਹ ਵੀ 19 ਤਰੀਕ ਨੂੰ ਸ਼ੁਰੂ ਹੋਣੇ ਹੈ। ਵਿਜੇਤਾ ਟੀਮ ਨੂੰ 9100 ਰੁਪਇਆ ਤੇ ਉਪ ਵਿਜੇਤਾ ਟੀਮ ਨੂੰ 7100 ਰੁਪਇਆ। ਦੋ ਵਿੱਚ ਵੀ ਮੁਕਾਬਲੇ ਹੋਣੇ ਹੈ ਤੇ ਇੱਕ ਕੇਕੇ 'ਚ ਵੀ 24 ਤੇ 25 ਦੇ ਮੁਕਾਬਲੇ ਹੈ ਤੇ 24 ਤਰੀਕ ਨੂੰ ਐਤਵਾਰ ਨੂੰ 31 ਪੀ ਐਸ ਦੀ ਧਰਤੀ ਤੇ ਜੋ ਆਲ ਇੰਡੀਆ ਓਪਨ ਦੇ ਮੁਕਾਬਲੇ ਹੋਣੇ ਹੈ ਉੱਥੇ ਵੀ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ। 51,000 ਤੇ 31,000 ਰੁਪਇਆ ਕੈਸ਼ ਪ੍ਰਾਈਜ਼ ਹੈ ਜੀ। ਅਗਲੀ ਰੇਡ ਕਹਿੰਦੇ ਆਹ ਮੁੰਡੇ ਦੇ ਕਰਲੀ ਸਰ ਦੇ ਕਬੱਡੀ ਕੱਪ ਦੇ ਮੋਟਰਸਾਈਕਲ ਦਾ ਵੱਡੇ ਮਾਨ ਸਨਮਾਨ ਹੋਏ ਹੈ। ਇਹ ਹੁੰਦਾ ਕਹਿੰਦੇ ਕਰਨੀ ਸਰ ਵਾਲਾ ਕਬੱਡੀ ਪਾ ਰਿਹਾ ਹੈ, ਮੁੰਡਾ ਕਹਿੰਦੇ ਲਾ ਲਾ ਕੇ ਮਾਰਦਾ ਤੇ ਪੁਆਇੰਟ ਰੇਡਰ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਅਗਲੀ ਰੇਡ ਪਲੀਜ਼ ਇੱਕ ਮਿੰਟ ਜਾਣ 23-24 ਫਰਵਰੀ ਇਸੇ ਨੂੰ ਹੀ 27 ਅਨੂਪਗੜ੍ਹ ਦੀ ਧਰਤੀ ਵਿੱਚ ਵੀ ਟੂਰਨਾਮੈਂਟ ਹੋਣੇ ਹੈ ਜਿੱਥੇ ਪਹਿਲਾ ਆਲ ਓਪਨ ਹੈ। ਪਹਿਲਾ ਪ੍ਰਾਈਜ਼ 31,000, ਸੈਕਿੰਡ ਪ੍ਰਾਈਜ਼ 21,000 ਤੇ ਬੈਸਟਾਂ ਨੂੰ ਵਾਸ਼ਿੰਗ ਮਸ਼ੀਨ ਦੇ ਕੇ ਸਨਮਾਨ ਦਿੱਤਾ, ਬੈਸਟ ਰਾਈਡਰ ਤੇ ਬੈਸਟ ਕੈਚਰ ਨੂੰ ਦਿੱਤਾ ਜਾਣਾ ਹੈ। 27A ਦੀ ਧਰਤੀ ਤੇ 23 ਤੇ 24 ਤਰੀਕ ਨੂੰ ਆਲ ਓਪਨ ਕਬੱਡੀ ਸਰਕਲ ਸਟਾਈਲ ਦੇ ਮੁਕਾਬਲੇ ਹੋਣੇ ਹੈ ਜੀ। ਮੇਰੀ ਬੇਨਤੀ ਹੈ ਪਲੇਅਰਾਂ ਵਾਸਤੇ ਲੀਕੋ ਜਿਹੜੀ ਜ਼ਰੂਰ ਪਹੁੰਚੀ ਕਰ ਦਿਓ ਜੀ ਗਰਾਊਂਡ ਦੇ ਵਿੱਚ ਪਲੀਜ਼। ਇਸ ਮੈਚ ਸਮਾਪਤੀ ਤੋਂ ਬਾਅਦ ਜੱਗਾ 23Z ਵਾਲਾ ਜੀ ਨਾ ਅਗਲੀ ਰੇਡ ਸਾਹਮਣੇ ਕਹਿੰਦੇ ਖੇਡ ਗਰਾਊਂਡ ਦੇ ਅੰਦਰ ਪੈਣ ਆ ਰਹੀ ਹੈ। ਉੱਧਰ ਵੇਖੋ ਸਾਹਮਣੇ ਜੱਫਾ ਲੱਗ ਗਿਆ ਤੇ ਪੁਆਇੰਟ ਜਾਫੀਆਂ ਦੇ ਲਈ ਜੁੜ ਗਿਆ ਹੈ। ਰੰਗ ਕਹਿੰਦੇ ਜਾਫੀਆਂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਅਗਲੀ ਰੇਡ ਪਲੀਜ਼ ਪਲੀਜ਼ ਯਾਰ, ਇਸ ਮੈਚ ਦੀ ਸਮਾਪਤੀ ਤੋਂ ਬਾਅਦ ਜੱਗਾ 23Z ਵਾਲੇ ਦਾ ਵੀ ਮਾਨ ਸਨਮਾਨ ਹੋਣਾ, ਉਹਨੂੰ ਇਹ ਬੇਨਤੀ ਹੈ ਵੀ ਇੱਥੇ ਰਵੇ ਬਾਬਾ ਜੀ ਵੱਲੋਂ। ਇਸ ਮੈਚ ਦੀ ਸਮਾਪਤੀ ਤੋਂ ਬਾਅਦ ਜੱਗਾ 23Z ਦਾ ਵੀ ਮਾਨ ਸਨਮਾਨ ਕਰਨਾ ਹੈ ਜੀ। ਚਲੋ ਇਧਰ ਵੇਖੋ ਸਾਹਮਣੇ ਇੱਕ ਪਾਸੇ ਕਹਿੰਦੇ ਜੱਫਾ ਲੱਗ ਗਿਆ, ਇਹ ਆ ਸੋਨੀ ਕਹਿੰਦੇ ਮਾਨਾ ਦਾ ਮੁੰਡਾ ਜਿਹੜੇ ਨੇ ਜੱਫਾ ਲਾ ਦਿੱਤਾ ਤੇ ਪੁਆਇੰਟ ਜਾਫੀਆਂ ਦੇ ਲਈ ਜੁੜ ਗਿਆ। ਅਗਲੀ ਰੇਡ ਹਿੰਦੇਰੀ ਕਹਿੰਦੇ ਖੇਡ ਗਰਾਊਂਡ ਦੇ ਅੰਦਰ ਪੈਣ ਆ ਰਹੀ ਹੈ। ਅਗਲੀ ਰੇਡ ਹਿੰਦੇਰੀ ਉਧਰ ਕਹਿੰਦੇ ਮੇਜਰ ਸਾਡਾ ਵੀਰ ਮੈਨਕੋਵਰ ਵਾਲਾ ਵੀ ਪੁਜਾਇਆ, ਵੱਡਾ ਧੰਨਵਾਦ ਹੈ। ਇਧਰ ਹਿੰਦੇਰੀ ਰੇਡ ਤੇ ਪੁਆਇੰਟ ਰੇਡਰ ਨੇ ਕਹਿੰਦੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਡਾਕਟਰ ਸਾਹਿਬ ਜਿੱਥੇ ਵੀ ਹੈਗਾ ਮੂਵ ਸਪਰੇਅ ਜ਼ਰੂਰ ਪੁੱਛਦੀ ਕਰੇ ਬਈ, ਜ਼ਰੂਰਤ ਹੈ ਖਿਲਾੜੀਆਂ ਨੂੰ ਮੂਵ ਸਪਰੇਅ ਜਲਦੀ। ਪੰਮਾ ਥਾਂਦੇਵਾਲ ਜੀ ਨੂੰ ਬੇਨਤੀ ਹੈ ਮੂਵ ਸਪਰੇਅ। ਅਗਲੀ ਰੇਡ ਸਤਨਾਮ ਸਿੰਘ ਸੱਤਾ ਕਹਿੰਦੇ ਖੇਡ ਗਰਾਊਂਡ ਦੇ ਅੰਦਰ ਪਾਉਣ ਜਾ ਰਹੇ ਹੈ। ਸਤਨਾਮ ਸਿੰਘ ਸੱਤੇ ਦੀ ਕਹਿੰਦੇ ਕਬੱਡੀ ਪਾਉਣ ਆ ਰਹੀ ਹੈ ਖੇਡ ਗਰਾਊਂਡ ਦੇ ਅੰਦਰ, ਕਹਿੰਦੇ ਪਾਈ ਹੋਈ ਕਬੱਡੀ ਹੈ। ਉਧਰ ਵੇਖੋ ਸਾਹਮਣੇ ਚਾਰ ਜਾਫੀ ਹੈ, ਚਾਰਾਂ ਦੇ ਵਿੱਚੋਂ ਕਿਹੜਾ ਬੱਲੇ ਬੱਲੇ ਕਰਵਾਵੇਗਾ ਖੇਡ ਗਰਾਊਂਡ ਦੇ ਅੰਦਰ, ਕਹਿੰਦੇ ਗੱਲਾਂ ਸਵੇਰੀਆਂ ਹੋਣਗੀਆਂ। ਇਧਰ ਵੇਖੋ ਸਾਹਮਣੇ ਪੁਆਇੰਟ ਪੁਆਇੰਟ ਸਤਨਾਮ ਨੇ ਕਹਿੰਦੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਕਿ ਰੱਬਾ ਕੋਈ ਗਰੀਬ ਨਾ ਹੋਵੇ ਤੇ ਮਾੜਾ ਕਿਸੇ ਦਾ ਨਸੀਬ ਨਾ ਹੋਵੇ। ਮਾੜੇ ਨੂੰ ਤਾਂ ਮਾਰਗਾਂ ਦੀ ਤਕੜੇ ਦੀ ਘੂਰੀ ਆ, ਦੋ ਵਕਤ ਦੀ ਰੋਟੀ ਤੇ ਸਿਰ ਦੇ ਉੱਤੇ ਛੱਤ ਜ਼ਰੂਰੀ ਆ, ਦੋ ਵਕਤ ਦੀ ਰੋਟੀ ਤੇ ਸਿਰ ਦੇ ਉੱਤੇ ਛੱਤ ਜ਼ਰੂਰੀ ਹੈ। ਅਗਲੀ ਰੇਡ ਹਿੰਦੇਰੀ ਕਹਿੰਦੇ ਪੈਲ ਆ ਰਹੀ ਹੈ। ਉਧਰ ਹਿੰਦੇਰੀ ਰੇਡ ਤੇ ਡਬਲ ਟੱਚ ਦੇ ਪੁਆਇੰਟ ਰੇਡਰ ਦੇ ਲਈ ਜੁੜ ਗਿਆ, ਜਾਫੀ ਬਾਹਰ ਗਿਆ ਤੇ ਪੁਆਇੰਟ ਰੇਡਰ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ। ਕਹਿੰਦੇ ਹੁੰਦੇ ਖਰਨੀ ਸਰ ਵਾਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ। ਸੱਤੇ ਦੀ ਰੇਡ ਸਾਹਮਣੇ ਕਹਿੰਦੇ ਪੈਣ ਜਾ ਰਹੀ ਹੈ। ਸਤਨਾਮ ਸਿੰਘ ਸੱਤਾ ਕਹਿੰਦੇ ਕਬੱਡੀ ਪਾ ਰਿਹਾ। ਉਧਰ ਜਾਫੀ ਹੈ ਕਹਿੰਦੇ ਮਾਨਾ ਦਾ ਮੁੰਡਾ ਵੀ ਪੂਰੀ ਤਿਆਰੀ ਦੇ ਵਿੱਚ ਹੈ,
इधर देखो सामने सोनी सोनी ने कहने गट फड़ लिया है खेड ग्राउंड के अंदर छड़ाया गट दे पॉइंट सत्ते ने कहने अपनी टीम दे लई जित दिता है। अगली रेड सामने पैने आ रही है ते मैं ते मड़ी गल करन जा रहा है ਅਗਲੀ ਰੇਡ ਕਹਿੰਦੇ ਮੁੰਡਾ ਮਸਰੂ ਵਾਲੇ ਵਾਲਾ ਖੇਡ ਗਰਾਊਂਡ ਵਿੱਚ ਰੇਡ ਪੈ ਰਹੀ ਆ ਮਾਨਣ ਵਾਲਿਆਂ ਤਿਆਰੀ ਖਿੱਚ ਬੱਲੇ 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 ਕਬੱਡੀ ਕਬੱਡੀ ਪੁਆਇੰਟ ਕਹਿੰਦੇ ਜਸੀਆਂ ਦਾ ਅੰਕ ਜਿਹੜਾ ਸਟੋਪਰ ਦੇ ਸੇ ਜੁੜ ਚੁੱਕਿਆ ਆ। ਅਗਲੀ ਰੇਡ ਲਓ ਖੇਡ ਗਰਾਊਂਡ ਵਿੱਚ ਨੌਜਵਾਨ ਨੇ ਕਿ ਮੈਂ ਹਾਂ ਪੁੱਤ ਪੰਜਾਬੀ ਮਾਂ ਦਾ ਸਿੱਕਾ ਚੱਲਦਾ ਮੇਰੇ ਨਾਂ ਦਾ ਕਿ ਹੁਣ ਸਲਾਮਾਂ ਬੜੀਆਂ ਮਾੜੇ ਕੰਮ ਕਦੇ ਨੀ ਕੀਤੇ ਤਾਈਓ ਗੁੱਟੀਆਂ ਨੇ ਚੜੀਆਂ ਮਾੜੇ ਕੰਮ ਕਦੇ ਨੀ ਕੀਤੇ ਤਾਈਓ ਗੁੱਟੀਆਂ ਨੇ ਚੜੀਆਂ। ਉਧਰ ਮੇਜਰ ਵੀ ਪੁੱਜਿਆ ਕਹਿੰਦੇ ਵੈਨਕੂਵਰ ਵਾਲਾ ਨਾਲ ਪ੍ਰਵਿੰਦਰ ਸਾਡਾ ਵੀਰ ਸੱਤ ਡਿਗਰੀ ਤੋਂ ਛੇ ਤੌਰ ਤੇ ਧੰਨਵਾਦ ਕਰਦੇ ਆ ਨਾਲ ਕਹਿੰਦੇ ਵੱਡਾ ਕੁਰਬਾਨ ਆ ਮੁੰਡੇ ਨੂੰ ਵੀ ਕਹਿੰਦੇ ਕਰਨੀ ਸਰ ਦੇ ਕਬੱਡੀ ਕੱਪ ਦੇ ਮੋਟਰਸਾਈਕਲਾਂ ਵੱਡੇ ਸਨਮਾਨ ਸਾਡੇ ਭਲਵਾਨ ਕਹਿੰਦੇ ਗਰੁੱਪ ਵੱਲੋਂ ਹੋਇਆ ਨਾ ਖਿੰਦੇ ਦੀ ਰੇਡ ਤੇ ਡਬਲ ਤੇ ਟ੍ਰਿਪਲ ਤੇ ਫੋਰ ਤੇ ਫਾਈਵ ਤੇ ਸਿਕਸ ਤੇ ਸੈਵਨ ਏਟ ਐਨ ਕਹਿੰਦੇ ਟ੍ਰਿਪਲ ਟੱਚ ਹੋ ਚੁੱਕੇ ਆ ਅੰਕ ਧਾਵੀ ਦਾ ਅੰਕ ਰੇਡਰ ਦਾ। ਅਗਲੀ ਰੇਡ ਮੁੰਡਾ ਐਨ ਕਹਿੰਦੇ ਮੁੜਕੋ ਮੁੜਕੀ ਹੋ ਗਿਆ ਦੇਖੋ ਸਰੀਰ ਚੋਬਰਾਂ ਦਾ ਕਿ ਕੰਡਾ ਵੀ ਨੀ ਖੁੱਲਦਾ ਕਿ ਜਿਸਮ ਕਠੋਰ ਚੋਬਰਾਂ ਦਾ ਕਿ ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਕਿ ਰਾਜੇ ਖੇਲੇ ਮਰਦ ਮਦਾਨੂ ਕਦੇ ਡਰ ਕੇ ਨੀ ਭੱਜਦੇ ਰਾਜੇ ਖੇਲੇ ਮਰਦ ਮਦਾਨੂ। ਆ ਵੀ ਮੁੰਡਾ ਕਹਿੰਦੇ ਗੁਰੀ ਤੇ ਸਤਨਾਮ ਭੱਲੇ 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 ਵਾਹ ਓਏ ਨੌਜਵਾਨਾ ਕਿ ਨਖਰੇ ਨਾ ਕਰਨੀ ਮੈਂ ਚੋਬਰ ਤੂੰ ਨਿਆਣੀ ਕਿ ਮਿੱਤਰਾਂ ਦੀ ਗੜਬੀ ਦਾ ਆ ਸ਼ਰਬਤ ਵਰਗਾ ਪਾਣੀ ਕਿ ਮਿੱਤਰਾਂ ਦੀ ਗੜਬੀ ਦਾ ਆ ਸ਼ਰਬਤ ਵਰਗਾ ਪਾਣੀ। ਲਓ ਦੱਸੋ ਜੀ ਦੋ ਪੈ ਗਈਆਂ ਲੱਗਦੀਆਂ ਦੋ ਦੋ ਹੋ ਚੁੱਕੀਆਂ ਜੀ ਨੋਟ ਕਰ ਲੈਣ ਰੇਡ ਪੈ ਰਹੀ ਹੈ ਕਹਿੰਦੇ ਹਿੰਦੂ ਦੀ ਜਾਫੀ ਕਹਿੰਦੇ ਚਾਰ ਉਹਦੇ ਡਬਲ ਟੱਚ ਦੇ ਇਸ਼ਾਰੇ ਕੋ ਸਾਹਿਬ ਜੀ ਦੱਸੋ ਜੀ ਪੁਆਇੰਟ ਪੁਆਇੰਟ ਦੱਸੋ ਜੀ ਪੁਆਇੰਟ ਕਿਹਦੇ ਖਾਤੇ ਦੇ ਦੇ। ਹਾਂਜੀ ਪਲੀਜ਼ ਤੁਸੀਂ ਗਰਾਊਂਡ ਛੱਡ ਕੇ ਨਹੀਂ ਜਾਣਾ ਬਾਈ ਪਲੀਜ਼ ਰੈਫਰੀ ਦਾ ਫੈਸਲਾ ਟਾਲਾ ਜੀ ਮੇਰੀ ਬੇਨਤੀ ਹੈ ਰੈਫਰੀ ਦਾ ਦੱਸੋ ਜੀ ਪੁਆਇੰਟ ਕਿਹਦੇ ਵਾਲਾ ਜੀ ਪੁਆਇੰਟ ਰੇਡਰ ਨਾ ਬੁੱਟਰ ਸਾਹਿਬ ਜੀ। ਹਾਂਜੀ ਚਲੋ ਗੁੱਡ ਜਜਮੈਂਟ ਤਾੜੀਆਂ ਮਾਰੋ ਗੁਰੀ ਜੀਬੀ ਸਾਹਿਬ ਸਾਡੇ ਸੱਤੇ ਦੀਆਂ ਤਿੰਨ ਰੇਡਾਂ ਦੇ 500 ਰੁਪਇਆ ਬਾਈ ਤਿੰਨ ਰੇਡਾਂ ਕੱਢਦਾ ਤਾਂ ਸੱਤੇ ਦਾ ਅਮਨ 27 ਏ ਵੱਲੋਂ ਆਪਣੇ ਵੱਲੋਂ ਸੱਤੇ ਦੀਆਂ ਕਹਿੰਦੇ ਤਿੰਨ ਕਬੱਡੀਆਂ ਦੇ 500 ਹੋਊਗਾ। ਲਓ ਕਹਿੰਦੇ ਪਹਿਲੀ ਪੈਣ ਜਾ ਰਹੀ ਆ ਦੇਖੋ ਜਿਹੜਾ ਪਹਿਲੀ ਰੇਡ ਪਰ 500 ਲੈਂਦਾ ਬਾਬਾ ਜੀ ਜਾਂਦੇ ਸਾਰੀ ਰਾਜੂ ਨੇ ਕਬਜ਼ੇ ਚ ਕਰ ਲਿਆ 100 ਰੁਪਇਆ ਪਿੰਦੀ ਰੱਤੇ ਵਾਲੇ ਵੱਲੋਂ ਜਾਫੀ ਦਾ ਨਾਂ ਜ਼ਰੂਰ ਦੱਸੇ ਜੋ ਬਈ ਇਹ ਕਹਿੰਦੇ ਰਾਜੂ ਮੁੰਡਾ ਕਹਿੰਦੇ ਸਰਦਾਰਪੁਰੇ ਜੀਵਨ ਵਾਲਾ ਜਿਹਨੇ ਚੋਟੀ ਦਾ ਜੱਫਾ ਲਾ ਦਿੱਤਾ ਜਿਹਨੇ ਚੋਟੀ ਦਾ ਜੱਫਾ ਲਾ ਦਿੱਤਾ। ਅਗਲੀ ਰੇਡ ਮੁੰਡਾ ਕਹਿੰਦੇ ਸਤਨਾਮ ਸਤਨਾਮ ਕਹਿੰਦੇ ਕਬੱਡੀ ਪਾ ਰਿਹਾ ਕਹਿੰਦੇ ਖੇਡ ਗਰਾਊਂਡ ਵਿੱਚ ਜਾਫੀ ਉਧਰਲੇ ਪਾਸੇ ਕਹਿੰਦੇ ਪੂਰੇ ਤਿਆਰ ਪੁਆਇੰਟ ਦੱਸੋ ਜੀ ਕੋ ਸਾਹਿਬ ਕਿਹਦੇ ਖਾਤੇ ਆ ਜੀ ਜਾਫੀਆਂ ਦਾ ਅੰਕ ਜਾਫੀਆਂ ਦਾ ਆਪਦੀ ਸਾਈਡ ਤੇ ਰਹਿ ਕੇ ਕੋਈ ਅਗਲੀ ਰੇਡ ਤੇ ਢਾਪੀਆਂ ਨਾਲ ਛੇੜ ਕਹਾਣੀ ਮੇਰਾ ਵੀਰ ਪੁੱਛੀਆਂ ਜਲਦੀ ਆਵੇ ਮਾਈਕ ਤੇ ਬੋਲਾਂ ਦੀ ਸਾਂਝ ਪਾਵੇ ਕੁਲਦੀਪ ਢਾਪੀ। ਲਓ ਕਬੱਡੀ ਪੈ ਰਹੀ ਹੈ ਕਹਿੰਦੇ ਨੌਜਵਾਨ ਦੀ ਇਹ ਆ ਮੁੰਡਾ ਕਹਿੰਦੇ ਸੁਨੀਲ ਜਾਫੀ ਕਹਿੰਦੇ ਪੂਰੀ ਮੰਨੀ ਪ੍ਰਮੰਨੀ ਟੀਮ ਬਾਬਾ ਜੀ ਅੱਜ ਕਹਿੰਦੇ ਐਨ ਮੋਟਰਸਾਈਕਲ ਦੇਖੋ ਕਿਧਰਲੇ ਪਾਸੇ ਜਾਣੇ ਆ ਮੋਟਰਸਾਈਕਲ ਤੇ ਪੁਆਇੰਟ ਕਹਿੰਦੇ ਰੇਡਰ ਦਾ ਅੰਕ ਧਾਵੀ ਦਾ। ਅਗਲੀ ਰੇਡ ਮੁੰਡਾ ਕਹਿੰਦੇ ਖੇਡ ਗਰਾਊਂਡ ਵਿੱਚ ਬਹਿ ਚੁੱਕਿਆ ਇਹ ਆ ਕਹਿੰਦੇ ਹਿੰਦਾ ਕਿ ਜਦ ਪੈਰ ਪੁੱਟਣ ਗੱਭਰੂ ਧਰਤੀ ਹਿਲਦੀ ਇਹ ਖੇਡ ਹੈ ਵੱਡੇ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ। ਆਵੀ ਕਹਿੰਦੇ ਬੜੀ ਚਰਚਾ ਬੜੀ ਚੜ੍ਹਾਈ ਪਰ ਪੁਆਇੰਟ ਕਹਿੰਦੇ ਹਿੰਦੇ ਦਾ ਅੰਕ ਕਹਿੰਦੇ ਰੇਡਰ ਦਾ
अंक कहते ढाबी का अगली रेड से खेड ग्राउंड नौजवान ने कबड्डी पा दी है। प्लीज पहलवान जो पुजे हुए है दोनों पहलवान आ जाए जल्दी उन्होंने कुश्ती करवानी है भी आखिरी समा चल रहा मैच का जो भी दो पहलवान गंगानगर तो पुजे हुए हैं जल्दी आ जाए बी अगलिया दोनों लड़कियां टीम बिल्कुल तैयार रहन बी इधर वेखो सामने ए नौजवान सामने कहते जफा ला दिता है सत्ते कहते सरेरा जफा लग गया सौ रुपया बाबा जी वालों बी मैच समाप्त लाडी मैम नूं मेरी बेनती है दोनों टीम खेड ग्राउंड के अंदर ले आएंगे लड़कियां का जिहड़ा शो मैच खेडिया जाएगा सौ रुपया बाबा जी वालों सोनी नूं आओ जी मेरी बेनती है लड़कियां दी दोनों टीम आ जाएगी अंक है 38 एफ दे बाबा फतेह सिंह जी खालसा अकैडमी 38 एफ दे बीरी पीरी क्लब दे 22 अंक 5 अंक दे फर्क नाले मैच बीरी पीरी क्लब